ਹਾਂਜੀ ਕੀ ਕਹਿਣਾ ਚਾਹੁੰਦੇ ਹੋ ਦਿਵਾਲੀ ਜੀ? ਬਸ ਸਭ ਨੂੰ ਸ਼ੁਭਕਾਮਨਾ ਦੇਣਾ ਚਾਹੁੰਦਾ ਹਾਂ, ਸਹੀ ਸਲਾਮਤ ਦਿਵਾਲੀ ਸਭ ਨੂੰ। ਨੌਜਵਾਨ ਪੀੜ੍ਹੀ ਨੂੰ ਕੀ ਅਪੀਲ ਕਰਦੇ ਹੋ? ਬਸ ਨੌਜਵਾਨ ਐਂ ਗੱਲ ਵੱਧ ਚੜ ਕੇ ਸੇਵਾ ਕਰੇ ਜਨਤਾ ਦੀ। ਨਸ਼ਿਆਂ ਬਾਰੇ ਤੁਸੀਂ ਨੌਜਵਾਨ ਪੀੜ੍ਹੀ ਨੂੰ ਕੀ ਕਹਿਣਾ ਚਾਹੋਗੇ? ਵੱਧ ਤੋਂ ਵੱਧ ਬਸ ਵਿਸ਼ਵਾਸ ਰੱਖੋ ਲੋਕਾਂ ਵਿੱਚ ਬਣਾ ਕੇ। ਨਸ਼ਿਆਂ ਬਾਰੇ ਤੁਸੀਂ ਕੀ ਕਹੋਗੇ? ਨਸ਼ਾ ਤਾਂ ਵੀ ਸਾਲ ਬਦਲ ਕੇ ਘਰ ਨਸ਼ਾ ਬਿਲਕੁਲ ਨਹੀਂ ਕਰਨਾ ਚਾਹੀਦਾ ਜੀ। ਦਿਵਾਲੀ ਦੇ ਤਿਉਹਾਰਾਂ ਮੌਕੇ ਬਿਲਕੁਲ ਨਾ ਕਰੇ ਜੀ ਇਹ, ਜਿੰਨਾ ਨਸ਼ਾ ਦੂਰ ਹੋਊਗਾ ਉਨੇ ਪਰਿਵਾਰ ਨੂੰ ਖੁਸ਼ੀ ਮਿਲਣੀ ਹੈ। ਜਿਵੇਂ ਪਟਾਕੇ ਪ੍ਰਦੂਸ਼ਣ ਨੇ, ਇਹ ਤਾਂ ਜੀ ਐਂ ਗੱਲ ਹੈ ਜੀ, ਪ੍ਰਦੂਸ਼ਣ ਜੋ ਹੋਇਆ ਇਹ ਪੁਰਾਣੀ ਨੀਤੀ ਹੈ, ਬੰਦ ਹੋਣੀ ਚਾਹੀਦੀ ਹੈ। ਖੁਸ਼ਹਾਲੀ ਭਰੀ ਦਿਵਾਲੀ ਹੋਣੀ ਚਾਹੀਦੀ ਹੈ, ਸਭ ਨੂੰ ਖੁਸ਼ਹਾਲੀ ਲਿਆਵੇ। ਪਬਲਿਕ ਨੂੰ, ਆਮ ਪਬਲਿਕ ਨੂੰ ਕੀ ਅਪੀਲ ਕਰੋਗੇ? ਬਸ ਜੀ ਪਟਾਕੇ ਛੱਡ ਕੇ ਆਪਣਾ ਵਧੀਆ ਸ਼ੁੱਧ ਦਿਵਾਲੀ ਮਨਾਓ।